ਯਸ ਬਟੇ ਸਭ ਤੋਂ ਪਹਿਲਾਂ ਆਹਾ ਭਾਗ ਮੁਹਾਵਰੇ ਕਰਦੇ ਆ ਆਹਾ ਭਾਗ ਮੁਹਾਵਰੇ ਅਪਰਾ 1 ਤੋਂ 20 ਕਰ ਚੁੱਕੇ ਹੋਏ ਆ 21 ਤੋਂ ਦੇਖੋ ਹਾਮੀ ਭਰਨੀ ਕੱਲ ਦੀ ਕਲਾਸ ਕੀਤਾ ਸੀ ਹਾਮੀ ਭਰਨੀ ਮੀਨਸ ਬਟੇ ਬੋਲੋ ਕੱਲ ਦੀ ਕਲਾਸ ਕੀਤਾ ਸੀ ਕੀ ਕਰਨਾ ਹਾਮੀ ਭਰਨੀ ਜ਼ਮਾਨਤ ਦੇਣੀ ਸਾਥ ਦੇਣਾ ਇੱਕ ਹੁੰਦਾ ਸਾਖੀ ਭਰਨੀ ਇੱਕ ਹੁੰਦਾ ਹਾਮੀ ਭਰਨੀ ਸਾਖੀ ਭਰਨੀ ਹੁੰਦਾ ਗਵਾਹੀ ਦੇਣੀ ਜੋ ਸੱਸਾ ਭਾਗ ਚ ਕੀਤਾ ਜਿਵੇਂ ਸਾਡਾ ਸਿੱਖ ਇਤਿਹਾਸ ਸਿੱਖਾਂ ਦੀ ਕੁਰਬਾਨੀ ਦੀ ਸਾਖੀ ਭਰਦਾ ਹੈ कि हामी भरनी कौन बात बनाएगा बेटे हामी भरनी हामी भरनी जमानत देनी झूठे की हामी झूठा ही भरता है सू हमेशा ईमानदार लोगों की हामी भरनी चाहिए है नैक्स वन इज हिक कड़ के तुरना आकड़ विच तुरना ਯੈਸ ਬੇਟੇ ਪੰਜਾਬੀ ਕੌਮ ਜੋ ਕਿ ਅਨਖਿੱਲੇ ਨੇ ਹਿੱਕ ਕੱਢ ਕੇ ਤੁਰਦੇ ਨੇ ਕਿਸੇ ਤੋਂ ਡਰਦੇ ਨਹੀਂ ਹਾਂ ਜੇਕਰ ਕੋਈ ਇਲਾਕੇ ਦਾ ਪ੍ਰਧਾਨ ਬਣ ਗਿਆ ਕੋਈ ਜਿਸ ਨੇ ਚੋਣਾ ਜਿੱਤ ਲਿਆ ਉਹਨੂੰ ਵੀ ਆਪਣੇ ਆਪ ਤੇ ਬੜਾ ਮਾਣ ਹੈ ਆਪਣਾ ਬੜਾ ਪ੍ਰਾਊਡ ਹੋ ਜਾਂਦਾ ਉਹ ਵੀ ਆਕੜ ਕੇ ਤੁਰਦਾ ਉਹ ਕਹਿੰਦਾ ਮੇਰੇ ਅੱਗੇ ਕੋਈ ਟਿੱਕੇ ਤਾਂ ਦਿਖਾਏ ਹੁਣ ਕਿਉਂਕਿ ਉਹਨੂੰ ਲੱਗਦਾ ਮੇਰੀ ਚੜ ਮੱਚੀ ਹੋਈ ਹੈ ਹਿੱਕ ਕੱਢ ਕੇ ਤੁਰਨਾ ਹਿੱਕ ਕੱਢ ਕੇ ਤੁਰਨਾ ਅੱਕੜ ਨਾਲ ਤੁਰਨਾ ਨੈਕਸਟ 1 ਇਜ਼ ਹਿੱਕ ਤੇ ਸੱਪ ਲੇਟਣਾ ਹਿੱਕ ਤੇ ਸੱਪ ਲੇਟਣਾ ਯੈਸ ਸੱਪ ਤਾਂ ਨੈਗੇਟਿਵਿਟੀ ਚ ਆਂਦਾ ਨਾ ਫਿਰ ਈਰਖਾ ਹੋਣੀ ਈਰਖਾ ਹੋਣੀ ਜਦੋਂ ਕਿਸੇ ਦਾ ਕੋਈ ਵਪਾਰ ਤਰੱਕੀ ਕਰ ਰਿਹਾ ਕਿਸੇ ਦੇ ਵਿਰੋਧੀ ਧਿਰ ਨੇ ਆਪਣਾ ਪ੍ਰਚਾਰ ਕਰਕੇ ਆਪਣੇ ਵੱਲ ਬਹੁਤ ਸਾਰੀ ਜਿਹੜੀ ਪਬਲਿਕ ਕਰ ਲਈ ਹੈ ਤਾਂ ਉਸ ਦੀ ਹਿੱਕ ਤੇ ਸੱਪ ਲੇਟਣ ਲੱਗਿਆ ਕਿ ਮੇਰਾ ਭਰਾ ਹੋ ਕੇ ਮੇਰਾ ਮਿੱਤਰ ਹੋ ਕੇ ਮੇਰੇ ਵਿਰੁੱਧ ਹੀ ਚੱਲ ਪਿਆ ਉਸੀ ਹਿੱਕ ਤੇ ਸੱਪਲੇਟਣ ਲੱਗ ਪਿਆ ਇਹ ਕਿ ਹਿੱਕ ਤੇ ਸੱਪਲੇਟਣਾ ਈਰਖਾ ਹੋਣੀ ਜਾਂ ਤੁਸੀਂ ਪਿੰਡਾਂ ਦੇ ਵਿੱਚ ਦੇਖੋ ਜ਼ਮੀਨ ਜ਼ਿਆਦਾ ਦੇ ਜਿੱਥੇ ਮਾਮਲੇ ਆ ਜਾਂਦੇ ਨੇ ਉੱਥੇ ਚਾਚੇ ਤਾਏ ਇੱਕ ਦੂਜੇ ਦੀ ਤਰੱਕੀ ਦੇਖ ਕੇ ਬਰਦਾਸ਼ਤ ਨਹੀਂ ਕਰਦੇ ਦੂਸਰੇ ਦਾ ਖੇਤੀ ਦਾ ਕੰਮ ਜ਼ਿਆਦਾ ਚੱਲ ਰਿਹਾ ਤਾਂ ਵੱਡੇ ਭਰਾ ਦੀ ਹਿੱਕ ਤੇ ਸੱਪਲੇਟਣ ਲੱਗ ਪੈਂਦੇ ਆ ਇਸ ਤਰ੍ਹਾਂ ਦਾ ਵੀ ਵਾਕ ਬਣਾਣਾ ਠੀਕ ਹੈ ਵਾਹ ਕਿਵੇਂ ਬਣਾਣੇ ਹੁੰਦੇ ਆਪਣੇ ਚੁਗਿਰਦੇ ਨੂੰ ਆਪਣੀ ਪਰਿਵਾਰਿਕ ਜੀਵਨ ਨੂੰ ਫੋਕਸ ਕਰਕੇ ਨੈਕਸਟ ਹੈ ਹੋਏ ਹੋਏ ਹੁਣੀ ਹੋਏ ਹੋਏ ਹੁਣੀ ਬੇਇਜ਼ਤੀ ਹੁਣੀ ਬਦਨਾਮੀ ਹੁਣੀ ਜਿਹੜੇ ਮਾੜਾ ਕੰਮ ਕਰਦੇ ਆ ਨਾ ਉਹਨਾਂ ਦੀ ਹੋਏ ਹੋਏ ਸਮਾਜ ਚ ਹੁੰਦੀ ਹੈ ਜਿਹੜੀਆਂ ਮਾੜੀਆਂ ਘਟੂ ਤੱਕ ਦੇ ਜਿਨ੍ਹਾਂ ਨੇ ਮਾੜੇ ਰਸਤੇ ਪੜੇ ਜਿਹੜੇ ਮਾੜੇ ਅੰਸਰ ਹਨ ਉਹਨਾਂ ਨੂੰ ਕੌਣ ਲਾਇਕ ਕਰੇਗਾ ਉਹਨਾਂ ਤੋਂ ਤਾਂ ਸਾਰੇ ਹਰ ਕੋਈ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰੇਗਾ ਕਿ ਇਹਨਾਂ ਦੀ ਸੰਗਤ ਨਹੀਂ ਕਰਨੇ ਠੀਕ ਹੈ ਆਪਣੇ ਇਲਾਕੇ ਵਿੱਚ ਵੀ ਕੋਈ ਬੰਦਾ ਇਦਾਂ ਦਾ ਹੋ ਗਿਆ ਕਿ ਇਹਦੇ ਤੋਂ ਤਾਂ ਦੂਰ ਹੀ ਰਹਿਣਾ ਇਹਦਾ ਸੰਗ ਵੀ ਕਰਾਂਗੇ ਤਾਂ ਸਾਡੀ ਵੀ ਹੋਏ ਹੋਏ ਹੋਣੀ ਹੈ ਇਹੀ ਕਹਿੰਦੇ ਆ ਨਾ ਸਮਾਜ ਸਾਡਾ ਇਹੀ ਹੈ ਠੀਕ ਹੈ ਹੋਏ ਹੋਏ ਹੋਣੀ ਜਿਹੜੇ ਮਾੜੇ ਕਰਮ ਕਰਦੇ ਐ ਜਿਹੜੇ ਮਾੜੀਆਂ ਕਰਤੂਤਾਂ ਕਰਦੇ ਐ ਜਿਹੜੇ ਮਾੜੇ ਰਸਤੇ ਤੇ ਚੱਲਦੇ ਐ ਉਹਨਾਂ ਨੂੰ ਕੋਈ ਵਡਿਆਈ ਨਹੀਂ ਮਿਲਦੀ ਉਹਨਾਂ ਦੀ ਸਮਾਜ ਹੈ ਜਿਹੜਾ ਨਾ ਉਹ ਹੋਏ ਹੋਏ ਹੀ ਕੰਡਾ ਹੈ ਹੋਏ ਹੋਏ ਹੁੰਦੀ ਕਿੰਨਾ ਲੋਕਾਂ ਦੀ ਜਿਹੜੇ ਮਾੜੇ ਕਰਮ ਕਰਦੇ ਨੇ हक्का बक्का रह जाना हक्का बक्का रह जाना नो no. हैरान है। हो देख हक के हक्के बक्के रह जाना। था। था। नो, नो 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 गलत हक्का बक्का रह यस वाक बना बेटे ऑनलाइन स्टूडेंट्स हक्का बक्का रह जाना ਅਚਾਨਕ ਉਤਕ ਖਬਰਾ ਜਾਂਦਾ ਹੈ ਸਹਿਮ ਜਾਂਦਾ ਹੈ ਸਾਹ ਸੁੱਕਦਾ ਹੈ ਹੱਕਾ ਵਕਾ ਨਹੀਂ ਰਹਿ ਜਾਂਦਾ ਜਦੋਂ ਕੋਈ ਕਿਸੇ ਜਾਨਵਰ ਨੂੰ ਦੇਖਣਾ ਕੋਈ ਕਿਸੇ ਤੁਹਾਡੇ ਕਿਸੇ ਨੇ ਤੁਹਾਡੀ ਗੁਲਕ ਵਿੱਚੋਂ ਸਾਰੇ ਪੈਸੇ ਨੌਕਰ ਨੇ ਕਢ ਲਿਆ ਉਹ ਹੱਕਾ ਵਕਾ ਰਹਿ ਕੇ ਕਿ ਗੁਲਕ ਤਾਂ ਖਾਲੀ ਪਈ ਹੈ ਠੀਕ ਹੈ ਇੱਕ ਹੱਕਾ ਵਕਾਦਾ ਕੋਈ ਬਾਹਰੋਂ ਆਇਆ ਅਚਾਨਕ ਆ ਗਿਆ 3 ਸਾਲਾਂ ਬਾਅਦ ਉਹਦੇ ਆਣ ਦੀ ਉਮੀਦ ਨਹੀਂ ਸੀ ਅਚਾਨਕ ਘਰ ਆ ਕੇ ਉਹਨੇ ਦੱਸੇ ਬਿਨਾਂ ਹੀ ਆ ਗਿਆ ਸਾਰੇ ਹੱਕਾ ਵਕਾ ਹੀ ਰਹਿ ਗਏ ਘਰ ਦੇ ਜੀ ਕੀ ਤਾਂ ਦੱਸੇ ਵੀ ਨਾ ਆ ਗਿਆ ਬਾਹਰੋਂ ਆਈ ਕੁੜੀ ਨੂੰ ਪਿੰਡ ਦੇ ਲੋਕ ਦੇਖ ਕੇ ਹੱਕੇ-ਬੱਕੇ ਰਹਿ ਗਏ ਕਿ ਇਹਦੇ ਵਿੱਚ ਕਿੰਨਾ ਬਦਲਾਅ ਆਇਆ ਅੱਛਾ ਦੂਸਰੇ ਪਾਸੇ ਪਿੰਡ ਦੀ ਬਦਲੀ ਹੋਈ ਨਹਾਰ ਨੂੰ ਦੇਖ ਕੇ ਜਦੋਂ ਰਾਮ ਸਿੰਘ ਵਿਦੇਸ਼ ਤੋਂ ਆਇਆ ਤਾਂ ਉਹ ਆਪਣੇ ਪਿੰਡ ਨੂੰ ਪਛਾਣ ਹੀ ਨਹੀਂ ਸਕਿਆ ਹੱਕਾ-ਬੱਕਾ ਹੀ ਰਹਿ ਗਿਆ ਇਸ ਤਰ੍ਹਾਂ ਦੇ ਵਾਕ ਬਣਾਉਣੇ ਹਨ ਤੇ ਜਦੋਂ ਕੋਈ ਤੁਸੀਂ ਕਿਸੇ ਜਾਨਵਰ ਨੂੰ ਦੇਖਦੇ ਹੋ ਤੇ ਹੱਕਾ-ਬੱਕਾ ਨਹੀਂ ਰਹਿ ਜਾਂਦੇ ਉੱਥੇ ਤਾਂ ਡਰ ਜਾਂਦੇ ਹੋ ਸਹਿਮ ਜਾਂਦੇ ਹੋ ਠੀਕ ਹੈ ਘਬਰਾ ਜਾਂਦੇ ਹੋ ਕਲੀਅਰ ਹੈ ਹੱッカ ਬੱਕਾ ਰਹਿ ਜਾਣਾ ਹੈਰਾਨ ਹੋ ਜਾਣਾ ਹੱਡ ਗੋਡੇ ਰਗੜਨਾ ਹੱਡ ਗੋਡੇ ਰਗੜਨਾ ਯਸ ਬੇਟੀ ਅਰਥਦਾਸਕਦੇ ਹੱਡ ਗੋਡੇ ਰਗੜਨਾ ਕੌਣ ਰੋਕਦਾ ਦੁੱਖ ਤਕਲੀਫ ਚਾ ਨੇ ਜਿਹੜੇ ਵਿਚਾਰੇ ਬਜ਼ੁਰਗ ਨੇ 70 ਸਾਲ ਤੋਂ ਉੱਪਰ ਦੇ ਬਜ਼ੁਰਗ ਹੈ ਵਿਚਾਰੇ ਹੱਡ ਗੋਡੇ ਰਗੜ ਰਿਹਾ ਸਰਦੀ ਦੇ ਵਿੱਚ ਤਾਂ ਹੱਡ ਗੋਡੇ ਰਗੜਨ ਵਾਲੀ ਗੱਲ ਹੈ ਕੋਈ ਜ਼ਿੰਦਗੀ ਦਾ ਕੋਈ ਜੀਵਨ ਦਾ ਮਜ਼ਾ ਨਹੀਂ ਹੈ ਹੱਡ ਗੋਡੇ ਰਗੜਨੇ ਦੁੱਖ ਭੋਗਣਾ ਕੋਈ ਬਿਮਾਰੀ ਇਦਾਂ ਦੀ ਲੱਗ ਜਾਂਦੀ ਹੈ ਨਾ ਕਿਸੇ ਇਨਸਾਨ ਨੂੰ ਲਾ ਇਲਾਜ ਬਿਮਾਰੀ ਉਹਦੇ ਚ ਇਨਸਾਨ ਹੱਡ ਗੁੱਡੇ ਹੀ ਰਗੜਦਾ ਰਹਿ ਜਾਂਦਾ ਹੈ ਕਿ ਉਹਨੂੰ ਲੱਗਦਾ ਕਿ ਮੈਂ ਹੁਣ ਠੀਕ ਨਹੀਂ ਹੋਣਾ ਔਰ ਜੇ ਤੁਸੀਂ 올ਡ ਏਜ ਦੇ ਵਿੱਚ ਕੋਈ ਵੀ ਤਕਲੀਫ ਆ ਗਈ ਇਸ ਤਰ੍ਹਾਂ ਦੀ 올ਡ ਏਜ ਤੇ ਉੱਥੇ ਜਿਹੜੀ ਰਿਕਵਰੀ ਹੈ ਨਾ ਬੜੀ ਸਲੋ ਹੋ ਜਾਂਦੀ ਹੈ ਫਿਰ ਇਨਸਾਨ ਕਹਿੰਦਾ ਮੈਂ ਤਾਂ ਹੱਡ ਗੁੱਡੇ ਰਗੜਨ ਨਾਲੋਂ ਤਾਂ ਪ੍ਰਮਾਤਮਾ ਤੁਰਦੇ ਫਿਰਦੇ ਹੀ ਲੈ ਜਾਏ ਤਾਂ ਚੰਗਾ ਅਜਿਹੀ ਕਹਿੰਦੇ ਹੈ ਨਾ ਸੰਸਾਰ ਦੇ ਲੋਕ ਜਿਨ੍ਹਾਂ ਨੇ ਜ਼ਿੰਦਗੀ ਹੰਢਾ ਲਈ ਹੈ ਜ਼ਿੰਦਗੀ ਬਿਤਾ ਲਈ ਹੈ ਉਹ ਕਹਿੰਦੇ ਸਾਡੇ ਤੋਂ ਦੁੱਖ ਨਹੀਂ ਭੁਗਿਆ ਜਾਂਦਾ انسان ਨਾ ਦੁੱਖ ਤਕਲੀਫ ਤਾਂ ਆਖ ਜਾਂਦਾ ਜਦੋਂ ਕੋਈ ਬਿਮਾਰੀ ਇਦਾਂ ਦੀ ਆ ਜਾਂਦੀ ਹੈ ਨੈਕਸਟ ਵਨ ਇਜ਼ ਹੱਦਾਂ ਬੰਨੇ ਟੱਪ ਜਾਣਾ ਕਿਸੇ ਚੀਜ਼ ਦੀ ਅਤ ਹੋ ਜਾਣੇ ਹੱਦਾਂ ਬੰਨੇ ਟੱਪ ਜਾਣਾ ਕਿਸੇ ਚੀਜ਼ ਦੀ ਕੋਈ ਮਾੜੀ ਸੋਹਬਤ ਦਾ ਸ਼ਿਕਾਰ ਹੋ ਗਿਆ ਕੋਈ ਮਾੜੀਆਂ ਨਸ਼ਿਆਂ ਦਾ ਸ਼ਿਕਾਰ ਹੋ ਗਿਆ ਕਿ ਹੱਦਾਂ ਬੰਨੇ ਜਦੋਂ ਟੱਪ ਗਏ ਘਰਦਿਆਂ ਨੇ ਨਾ ਉਨੂੰ ਸਾਰੇ ਕੰਮਕਾਜ ਤੋਂ ਹਟਾ ਕੇ ਘਰ ਬਿਠਾ ਲਿਆ ਕਿ ਤੂੰ ਬਾਹਰ ਜਾਣਾ ਤਾਂ ਤੂੰ ਤਾਂ ਮਾੜੀ ਸੋਹਬਤ ਚ ਜਾਣਾ ਤੇਰਾ ਜਾਣਾ ਹੀ ਬਹੁਤ ਨੁਕਸਾਨਦਾਇਕ ਹੈ ਠੀਕ ਹੈ ਜਾਂ ਕਿਸੇ ਸਰਪੰਚ ਦਾ ਪੁੱਤਰ ਹੈ ਕੋਈ ਗੁਰਦੀਪ ਸਿੰਘ ਦਾ ਪੁੱਤਰ ਹੈ ਉਹ ਜਦੋਂ ਉਸ ਆਦਤਾਂ ਹੱਦਾਂ ਬੰਨੇ ਟੱਪ ਗਈਆਂ ਨਾ ਉਹਨਾਂ ਨੇ ਪੜ੍ਹਾਈ ਛਡਵਾ ਕੇ ਨਾ ਇਸ ਨੂੰ ਕਿਸੇ ਕੰਮ ਵਿੱਚ ਹੀ ਲਾ ਦਿੱਤਾ ਨਾ ਤਾਂ ਤੂੰ ਪੜ੍ਹਨਾ ਸਕੂਲ ਦੀਆਂ ਫਿਸਾਂ ਵਿੱਚ ਆਇਆ ਜਾ ਰਹੀਆਂ ਹੱਦਾਂ ਬੰਨੇ ਟੱਪ ਜਾਣਾ ਅੱਤ ਹੋ ਜਾਣੀ ਆ ਮਹਿੰਗਾਈ ਅੱਜ ਕੱਲ ਮਹਿੰਗਾਈ ਨੇ ਹੱਦਾਂ ਬੰਨੇ ਟੱਪ ਲਏ ਆ ਗਰੀਬ ਵਿਚਾਰੇ ਦਾ ਤਾਂ ਦੋ ਸਮੇਂ ਦੀ ਰੋਟੀ ਖਾਣੀ ਮੁਸ਼ਕਿਲ ਹੋ ਗਈ ਅੱਜ ਦੀ ਸਿਚੁਏਸ਼ਨ ਨੂੰ ਦੇਖੋ ਨਾ ਠੀਕ ਹੈ ਕੋਰੋਨਾ ਵਾਇਰਸ ਕਰਕੇ ਮਹਿੰਗਾਈ ਹੋਰ ਜਿਹੜੀਆਂ ਕੁਰੀਤੀਆਂ ਨੇ ਹੱਦਾਂ ਬੰਨੇ ਟੱਪ ਗਈਆਂ ਨੇ ਲੋਕਾਂ ਦਾ ਜੀਵਨਾ ਔਖਾ ਹੋ ਗਿਆ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਲਾਸਟ ਵਨ ਇਜ਼ ਹੱਥ ਧੋ ਕੇ ਮਗਰ ਪਹਿਚਾਣਾ ਇਛਾ ਨਾਲ ਚੜਨਾ ਬਹੁਤ ਤੰਕਰਨਾ ਬਹੁਤ ਤੰਕਰਨਾ ਯਸ ਹੱਥ ਧੋਕੇ ਪਿੱਛੇ ਪੈਣਾ ਮੀਨ ਜ਼ਿਆਦਾ ਤੰਕਰਨਾ ਕਿਸੇ ਤੋਂ ਕੋਈ ਪੈਸੇ ਲੈਣੇ ਨੇ ਉਹ ਤਾਂ ਹੁਣ ਹੱਥ ਧੋਕੇ ਮਗਰ ਪੈ ਗਿਆ ਮੈਂ ਉਦੋਂ ਤੱਕ ਨਹੀਂ ਇੱਥੋਂ ਹਿਲਣਾ ਜਦ ਤੱਕ ਤੂੰ ਮੇਰੇ ਪੈਸੇ ਪੂਰੇ ਨਹੀਂ ਕਰ ਦਿੰਦਾ ਕਿਸੇ ਤੋਂ ਕਰਜ਼ਾ ਦਿੱਤਾ ਹੈ ਕਰਜ਼ਾ ਲਿਆ ਕਿਸੇ ਕਿਰਾਏ ਦਾ ਤੋਂ ਕਿਰਾਇਆ ਲੈਣਾ ਹੈ ਠੀਕ ਹੈ ਕਿਰਾਏ ਦਾ ਤੋਂ ਕਿਰਾਇਆ ਲੈਣ ਦੇ ਲਈ ਹੱਤੋ ਕੀ ਮਗਰੀ ਪੈਣਾ ਤਾਂ ਅੰਦਰ ਨਹੀਂ ਤਾਂ ਕੋਈ ਦਿੰਦਾ ਹੀ ਨਹੀਂ ਇਸ ਤਰ੍ਹਾਂ ਦਾ ਉਹ ਕਹਿੰਦਾ ਮੈਂ ਦਰਵਾਜ਼ੇ ਤੋੜੋ ਤੱਕ ਖੇਲਣਾ ਨਹੀਂ ਜਦ ਤੱਕ ਤੁਸੀਂ ਮੇਰੀ ਸਾਰੀ ਰਕਮ ਮੈਂ ਵਸੂਲ ਨਹੀਂ ਕਰ ਲੈਂਦਾ ਰਕਮ ਵਸੂਲ ਲੈ ਹੱਤੋ ਕੀ ਮਗਰੀ ਪੈ ਜਾਣਾ ਬਹੁਤ ਤੰਕਰਨਾ ਇੱਥੋਂ ਤੱਕ ਤੁਸੀਂ ਕਰਨੇ ਹਨ 30 ਤੱਕ ਮੀਨ ਤੁਹਾਡੇ ਸਿਲੇਬਸ ਦੇ ਵਿੱਚ ਹਹਾ ਭਾਗ 30 ਤੱਕ ਕਰਨੇ ਨੇ ਸੱਸਾ ਭਾਗ ਤੱਕ ਤੁਸੀਂ ਪੂਰੇ ਮੁਹਾਵਰੇ ਕਰਨੇ ਨੇ ਕਲੀਅਰ ਹੈ ਬਟੇ ਫਾਈਨਲ ਟਰਮ ਦੇ ਲਈ ਠੀਕ ਹੈ ਹੁਣੇ ਤੁਸੀਂ ਜਿਹੜਾ ਤੁਹਾਡਾ ਥਰਸਡੇ ਨੂੰ ਟੈਸਟ ਹੋਣਾ ਉਹਦੇ ਵਿੱਚ ਸਿਰਫ ਹਾਹਾ ਪਾਗ ਮੁਹਾਵਰੇ ਰਿਵਾਈਜ਼ ਕਰ ਲੈਣਾ 1 2 30 ਜਿਹੜਾ ਥਰਸਡੇ ਨੂੰ ਤੁਹਾਡਾ ਟੈਸਟ ਹੈ ਨਾਲ ਤੁਹਾਡੇ ਸਿਰਜਣਾ ਇਕਾਂਗੀ ਹੈ ਸਿਰਜਣਾ ਇਕਾਂਗੀ ਦੇ ਵਿੱਚ ਉਹ ਵੱਡਾ ਪ੍ਰੈਸ਼ਰ ਆਣਾ ਹੈ ਕਰੈਕਟਰ ਸਕੈਚ ਠੀਕ ਹੈ ਉਹ ਆਪਾਂ ਕੱਲ ਦੀ ਕਲਾਸ 'ਚ ਰਿਵਾਈਜ਼ ਕਰਾਂਗੇ ਹੁਣ ਆਪਾਂ ਕਰਦੇ ਹਾਂ ਬਟੇ ਨਵੀਂ ਪੁਰਾਣੀ ਤਹਿਜ਼ੀਬ ਪਹਿਲੇ ਕਵਿਤਾ ਨੂੰ ਚੰਗੀ ਤਰ੍ਹਾਂ ਸਮਝ ਲਓ ਫਿਰ ਉਸ ਤੋਂ ਬਾਅਦ ਵਨ ਮਾ ਕੁਐਸਚਨ ਦੇ ਆਨਸਰ ਤੁਸੀਂ ਦੇਣੇ ਹਨ ਕਵਿਤਾ ਸਮਝੋ ਨਵੀਂ ਪੁਰਾਣੀ ਤਹਿਜ਼ੀਬ ਕਿਸ ਨੇ ਲਿਖੀ ਹੋਈ ਹੈ ਵਿਧਾਤਾ ਸਿੰਘ ਤੀਰ ਕੇ ਤੀਰ ਤੱਦਾ ਕੇ ਤੱਤਾ ਤੀਰ ਤੀਰ ਹੈ ਬੇਟੇ ਵਿਧਾਤਾ ਸਿੰਘ ਤੀਰ ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ ਹੈ ਤੀਰ ਨਹੀਂ ਹੈ ਤੀਰ ਇਸ ਵਿੱਚ ਕਵੀ ਨੇ ਕਿਹੜੀ ਗੱਲ ਕੀਤੀ ਹੈ ਨਵੀਂ ਪੁਰਾਣੀ ਤੇਹਜ਼ੀਬ ਤੋਂ ਹੀ ਸਰਲੇਖ ਤੋਂ ਹੀ ਪਤਾ ਚਲਦਾ ਹੈ ਕਿ ਕਿਹੜੀ ਗੱਲ ਕੀਤੀ ਹੈ ਇਸ ਕਵਿਤਾ ਦੇ ਵਿੱਚ ਕੋਈ ਦੱਸ ਸਕਦਾ ਨਵੇਂ ਤੇ ਪੁਰਾਣੇ ਸੱਭਿਆਚਾਰ ਦੀ ਤੁਲਨਾ ਕੀਤੀ ਹੈ ਠੀਕ ਹੈ ਨਵੀਂ ਤੇ ਪੁਰਾਣੀ ਸੋਚ ਵਾਲੇ ਲੋਕਾਂ ਦੀ ਨਵੇਂ ਤੇ ਪੁਰਾਣੇ ਤੌਰ ਤਰੀਕਿਆਂ ਦੀ ਵੱਖ-ਵੱਖ ਅਸਪੈਕਟ ਤੋਂ ਤੁਲਨਾਇਆ ਹੈ ਕਿ ਨਵਾਂ ਜ਼ਮਾਨਾ ਕੀ ਹੈ ਤੇ ਪੁਰਾਣਾ ਜ਼ਮਾਨਾ ਕੀ ਸੀ ਪੂਜਿਕ ਗੱਲਾਂ ਵਿੱਚ ਪੁਰਾਣਾ ਸਮਾਂ ਚੰਗਾ ਸੀ ਠੀਕ ਹੈ ਤੇ ਅਸੀਂ ਭਾਵੇਂ ਨਵੇਂ ਜ਼ਮਾਨੇ ਵਿੱਚ ਚੱਲ ਰਹੇ ਹਾਂ ਪਰ ਅਸੀਂ ਆਪਣੇ ਪੁਰਾਣੇ ਸੰਸਕਾਰ ਨਹੀਂ ਛੱਡਨੇ ਪੁਰਾਣੇ ਵਿਰਸੇ ਨੂੰ ਨਹੀਂ ਛੱਡਣਾ ਪੁਰਾਣੀ ਸਭਿਅਤਾ ਨੂੰ ਨਹੀਂ ਛੱਡਿਆ ਜਾ ਸਕਦਾ ਫਸਟ ਪੈਰਾ ਧਿਆਨ ਨਾਲ ਸਮਝਿਓ ਫਸਟ ਪੈਰਾ ਹੱਥ ਵਿੱਲਾ ਨਹੀਂ ਆਉਂਦਾ ਹੱਥੋਂ ਜੋ ਗਵਾਚ ਗਿਆ ਉਹ ਜੋਬਨ ਨਹੀਂ ਮੁਰਦਾ ਜੋ ਪੱਤਰਾ ਬਾਚ ਗਿਆ ਪੱਤਰਾਵਾਜਾਂ ਦਾ ਮੁਹਾਵਰਾ ਹੈ ਚਲੇ ਗਿਆ ਜੋ ਨਿਕਲ ਗਿਆ ਜੋ ਪੁਰਾਣੀ ਸਭਿਅਤਾ ਨੂੰ ਤਿਆ ਕੇ ਨਵੀਂ ਸਭਿਅਤਾ ਨੂੰ ਅਪਣਾਉਂਦੇ ਕਵੀ ਨੇ ਅਫਸੋਸ ਪ੍ਰਗਟ ਕੀਤਾ ਦੁੱਖ ਪ੍ਰਗਟ ਕੀਤਾ ਕਿਉਂ ਪ੍ਰਗਟ ਕੀਤਾ ਨਹੀਂ ਪਰिवर्तन ਜ਼ਿੰਦਗੀ ਦਾ ਨਿਯਮ ਹੈ ਦੁੱਖ ਕਿਉਂ ਪ੍ਰਗਟ ਕੀਤਾ ਜਾਂਦਾ ਜਦੋਂ ਜਦੋਂ ਕੋਈ ਨਵੀਂ ਸਭਿਅਤਾ ਇੰਨਾ ਜ਼ਿਆਦਾ ਪ੍ਰਭਾਵਿਤ ਕਰ ਦੇ ਕਿ ਇਨਸਾਨ ਆਪਣੀ ਤੇਹਜ਼ੀਬ ਭੁੱਲ ਜਾਏ ਇਨਸਾਨ ਆਪਣੇ ਵਿਰਸੇ ਨਾਲੋਂ ਟੁੱਟ ਜਾਏ ਤਾਂ ਉਹ ਚੀਜ਼ ਦੁਖ ਦਿੰਦੀ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਜਿਵੇਂ ਸਾਡਾ ਪੱਛਮੀ ਸੱਭਿਆਚਾਰ ਕਿ ਸਾਡੇ ਜਿਹੜੇ ਪੰਜਾਬੀ ਨੇ ਉਹਨਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਤੋਂ ਮੂੰਹ ਫੇਰ ਲਿਆ ਦੂਸਰੀਆਂ ਭਾਸ਼ਾਵਾਂ ਵੱਲ ਮੂੰਹ ਕਰ ਲਿਆ ਠੀਕ ਹੈ ਖਾਣ-ਪਾਨ ਪਹਿਰਾਵਾ ਪਹਿਰਾਵੇ ਵਿੱਚ ਬਦਲਾ ਬੋਲਚਾਲ ਸਲੀਕਾ ਇਹ ਸਭ ਕੁਝ ਬਦਲਾਵ ਆਇਆ ਕਿਸ ਕਾਰਨ ਪੱਛਮੀ ਸਭਿਆਤਾ ਦੇ ਪ੍ਰਭਾਵ ਕਾਰਨ ਕਵੀ ਕੀ ਕਹਿੰਦਾ ਹੈ ਦੁੱਖ ਪ੍ਰਕਟਾਉਂਦੇ ਉਹ ਕਹਿੰਦਾ ਉਹ ਸਮਾਂ ਜਿਹੜਾ ਬੀਤ ਜਾਂਦਾ ਉਹ ਦੁਬਾਰਾ ਵਾਪਸ ਨਹੀਂ ਆਉਂਦਾ ਇਹ ਤਾਂ ਆਪਾਂ ਸਮੇਂ ਦੀ ਕਦਰ ਚ ਵੀ ਕੀਤਾ ਬੀਤਿਆ ਸਮਾਂ ਕਦੇ ਹੱਥ ਨੇ ਆਉਂਦਾ ਇਸ ਕਰਕੇ ਵਰਤਮਾਨ ਸਮੇਂ ਦੀ ਹਮੇਸ਼ਾ ਸੰਭਾਲ ਕਰਨੀ ਚਾਹੀਦੀ ਹੈ ਹੱਥ ਵੇਲਾ ਨਹੀਂ ਆਉਂਦਾ ਜੋ ਹੱਥੋਂ ਗਵਾਚ ਗਿਆ ਜਿਹੜਾ ਹੱਥੋਂ ਨਿਕਲ ਗਿਆ ਉਹ ਕਦੀ ਵਾਪਸ ਨਹੀਂ ਆਉਂਦਾ ਸਾਨੂੰ ਸਮੇਂ ਦੇ ਨਾਲ ਚੱਲਣਾ ਪੈਣਾ ਹੈ ਸਮਾਂ ਕਿਸੇ ਦੀ ਇੰਤਜ਼ਾਰ ਨਹੀਂ ਕਰਦਾ ਉਹ ਜੋ ਬੰਨੀ ਮੁਰਦਾ ਜੋ ਪੱਤਰਾ ਜਵਾਨੀ ਇੱਕ ਵਾਰੀ ਚਲੇਗੀ ਵਾਪਸ ਨਹੀਂ ਆਣੀ ਇਹ ਜ਼ਿੰਦਗੀ ਦੀਆਂ ਸਟੇਜੇਸ ਨੇ ਬਚਪਨ ਜਵਾਨੀ ਬੁਢਾਪਾ ਹੁਣ ਤੁਸੀਂ ਬੱਚੇ ਹੀ ਸੋਚ ਲਓ ਕਿ ਤੁਸੀਂ ਆਪਣੇ ਬਚਪਨ ਨੂੰ ਯਾਦ ਕਰਕੇ ਕਿਵੇਂ ਰੀ ਖੁਸ਼ੀ ਹੁੰਦੇ ਹੋ ਫਿਰ ਸੋਚਦੇ ਹੋ ਕਿ ਇਹ ਬਚਪਨ ਵਾਪਸ ਹੀ ਨਹੀਂ ਆਣਾ ਉਹ ਬਚਪਨ ਕਿੰਨਾ ਸੁਹਾਵਣਾ ਸੀ ਕੋਈ ਚਿੰਤਾ ਫਿਕਰ ਨਹੀਂ ਕੋਈ ਚਿੰਤਾ ਫਿਕਰ ਨਹੀਂ ਹੁੰਦਾ ਕਿਉਂਕਿ ਪੜ੍ਹਾਈ ਦਾ ਵੀ ਨਹੀਂ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਵਾਨੀ 'ਚ ਪੈਰ ਰੱਖਦਾ ਉਹਦੇ ਅੰਦਰ ਜਿਹੜੀ ਹੈ ਜ਼ਿੰਮੇਵਾਰੀਆਂ ਪੈਦਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਉਹ ਆਪਣੇ ਆਪ 'ਚ ਨਾ ਚਿੰਤਿਤ ਹੁੰਦਾ ਮਾਨਸਿਕ ਤਣਾਅ ਦਾ ਵੀ ਸ਼ਿਕਾਰ ਹੋ ਜਾਂਦਾ ਫਿਰ ਜਦੋਂ ਜਵਾਨੀ ਨਿਕਲ ਜਾਂਦੀ ਹੈ ਨਾ ਜਵਾਨੀ ਨਿਕਲ ਜਾਂਦੀ ਉਹ ਵਾਪਸ ਨਹੀਂ ਆਉਂਦੀ ਜਵਾਨੀ ਦਾ ਸਮਾਂ ਨਿਕਲ ਗਿਆ ਬਚਪਨ ਨਿਕਲ ਗਿਆ ਉਹ ਵਾਪਸ ਨਹੀਂ ਆਉਂਦਾ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਪਰਤਨ ਪਤਨਾਂ ਦੇ ਇਹ ਦਾਨੇ ਕਹਿ ਗਏ ਦਾਨੇ ਸ਼ਬਦ ਦਾ ਅਰਥ ਦੱਸੋ ਹੁਣ ਹੁਣੇ ਇੱਕ ਇੱਕ ਵਰਡ ਦਾ ਮੀਨਿੰਗ ਕਰਨਾ ਆਪਾਂ ਯੈਸ ਬਟੇ ਦਾਨੇ ਸ਼ਬਦ ਦਾ ਕੀ ਅਰਥ ਹੈ ਸੀ ਆਨੇ ਲੋਕ ਵਿਦਵਾਨ ਲੋਕ ਕੀ ਕਹਾਂਗੇ ਨੇ ਕਿ ਜਿਹੜੇ ਦਰਿਆਵਾਂ ਦਾ ਪਾਣੀ ਇੱਕ ਵਾਰੀ ਵਹਿ ਜਾਂਦਾ ਹੈ ਉਹ ਵਾਪਸ ਪਤਨਾ ਤੇ ਨਹੀਂ ਆਉਂਦਾ ਪਤਨ ਦਾ ਅਰਥ ਵੈਰੀ ਗੁੱਡ ਪਤਨਾ ਦਾ ਅਰਥ ਕੀ ਹੈ ਕਿ ਨਾਲ ਇਸ ਕਰਕੇ ਇਹ ਵਨ ਮਕ ਕੁਐਸਚਨ ਇਦਾਂ ਆਣਿਆ ਇੱਕ ਇੱਕ ਵਰਡ ਦਾ मीनिंग ਆਣਾ ਚਾਹੀਦਾ ਨੋਟ ਕਰ ਲਓ ਬਟੇ ਇੱਕ ਇੱਕ ਵਰਡ ਦਾ मीनिंग ਨੈਕਸ ਤਦਬੀਰ ਲਿ ਆਵੇ ਕਿਵੇਂ ਤਕਦੀਰ ਜੋ ਲੈ ਗਈ ਹੁਣ ਤਦਬੀਰ ਤੇ ਤਕਦੀਰ ਦਾ मीनिंग ਦੱਸੋ ਇੱਕ ਹੈ ਤਕਦੀਰ ਇੱਕ ਹੈ ਤਦਬੀਰ ਤਕਦੀਰ ਦਾ ਤਾਂ ਤੁਹਾਨੂੰ ਪਤਾ ਹੀ ਹੈ ਕੀ मीनिंग ਹੈ ਕਿਸਮਤ ਭਾਗ ਸਾਡੇ ਠੀਕ ਹੈ ਸਾਡੀ ਲੱਕ ਤੇ ਤਦਬੀਰ ਦਾ ਕੀ ਮਤਲਬ ਹੈ ਯਤਨ ਉਦਮ ਮਿਹਨਤ ਕਹਿੰਦੇ ਜਿਹੜੀ ਤਕਦੀਰ ਸਾਡੀ ਜੋ ਲੈ ਗਈ ਉਹ ਯਤਨ ਕਰਨ ਤੇ ਵੀ ਸਾਨੂੰ ਵਾਪਸ ਨਹੀਂ ਮਿਲਦਾ ਇਹ ਕਹਿ ਦਿੰਨੇ ਆ ਨਾ ਜਦੋਂ ਕੋਈ ਇਨਸਾਨ ਦਾ ਕੋਈ ਮੋਟਿਵ ਕੰਪਲੀਟ ਨਹੀਂ ਹੁੰਦਾ ਜੋ ਉਹਨੇ ਮਿੱਥਿਆ ਕਿ ਇਹਦਾ ਮੇਰੀ ਕਿਸਮਤ ਹੀ ਇਦਾਂ ਦੀ ਹੈ ਮੈਂ ਤਾਂ ਬਹੁਤ ਯਤਨ ਕੀਤੇ ਠੀਕ ਹੈ ਪਰ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਫਿਰ ਕੁਛ ਨਾ ਇੱਕ ਆਪਾਂ ਇਹ ਵੀ ਸੋਚ ਜਾਨਾ ਕਿ ਸਾਡੀ ਕਿਸਮਤ ਹੀ ਇਦਾਂ ਦੀ ਹੈ ਕਿ ਯਤਨ ਕਰਨ ਤੇ ਵੀ ਮਿਹਨਤ ਕਰਨ ਤੇ ਵੀ ਮੈਨੂੰ ਉਹ ਨਹੀਂ ਮਿਲਿਆ ਜੋ ਮੈਂ ਚਾਹੁੰਦਾ ਸੀ ਗੱਲਾਂ ਹਣ ਚੱਲੀਆਂ ਤਾਂ ਗੱਲ ਕਰਨੀ ਪੈ ਗਈ ਲਾਸਟ ਲਾਈਨ ਹੈ ਪਹਿਲੇ ਪੈਰੇ ਦੀ ਕਹਿੰਦਾ ਹੁਣ ਗੱਲਾਂ ਚੱਲੀਆਂ ਨੇ ਕਿਹੜੀਆਂ ਗੱਲਾਂ ਚੱਲੀਆਂ ਬਟੇ ਪੁਰਾਣੀ ਤੇ ਨਵੀਂ ਸਭਿਅਤਾ ਦੀਆਂ ਦਾ ਇਸ ਕਰਕੇ ਮੈਨੂੰ ਇਹ ਗੱਲ ਕਰਨੀ ਪਈ ਐ ਖੋਲ ਕੇ ਕਿਹੜੀ ਗੱਲ ਕਰਨੀ ਪਈ ਕਿ ਬਿੱਤਿਆ ਸਮਾਂ ਕਦੇ ਹੱਥ ਨਹੀਂ ਆਉਂਦਾ ਜਵਾਨੀ ਚਲੇਗੀ ਵਾਪਸ ਨਹੀਂ ਆਉਣੀ ਦਰਿਆਵਾਂ ਦਾ ਪਾਣੀ ਇੱਕ ਵਾਰੀ ਵਗ ਗਿਆ ਤਾਂ ਪਤਨਾ ਤੇ ਵਾਪਸ ਨਹੀਂ ਆਉਣਾ ਸੈਕਿੰਡ ਪੈਰਾ ਤਜ਼ੀਬ ਗਵਾਈ ਨਹੀਂ ਅਸਾਂ ਅਕਲ ਗਵਾ ਲਈ ਤਜ਼ੀਬ ਗਵਾ ਕੇ ਅਸੀਂ ਕੀ ਗਵਾ ਲਿਆ ਬਟੇ ਅਕਲ ਬਸ ਆ 1 ਮਾਰਕ ਕੁਐਸਚਨ ਨਹੀਂ ਤਜ਼ੀਬ ਦਾ ਕੀ ਮਤਲਬ ਹੈ ਬਟੇ

ਠੀਕ ਹੈ ਆਪਣੀ ਆਪ ਵਰਡ ਲਿਖਣਾ ਜੋ ਤੁਸੀਂ ਪੜਿਆ ਜੋ ਤੁਸੀਂ ਸੁਣਿਆ ਕਲਾਸ ਚ ਨੈਕਸ ਕਪਲਾ ਗਊ ਦੇ ਕੇ ਇੱਕ ਖੋਤੀ ਵਟਾਲੇ ਕਪਲਾ ਗਊ ਕਿਹੜੀ ਹੁੰਦੀ ਹੈ ਕਪਲਾ ਗਊ ਜਿਹੜੀ ਸ਼ਰਾਫਤ ਦੀ ਮੂਰਤ ਹੋਵੇ ਠੀਕ ਹੈ ਜਿੱਦੇ ਤੋਂ ਅਸੀਂ ਆਪਣਾ ਜੋ ਮਨ ਚ ਚਾਹੀਏ ਨਾ ਆਪਣੇ ਪਦਾਰਥ ਲੈ ਸਕਦੇ ਹਾਂ ਇਹ ਗਊ ਨਾਲ ਤੁਲਨਾ ਆਇਆ ਕਿਹੜੀ ਗਊ ਨਾਲ ਜਿਹੜੀ ਕਪਲਾ ਹੈ ਸ਼ਰੀਰ ਠੀਕ ਹੈ ਕਪਲਾ ਗਉ ਨੂੰ ਕਿਦੇ ਨਾਲ ਕਿਨੂੰ ਕਿਹਾ ਪੁਰਾਣੀ ਸਭਿਅਤਾ ਖੋਤੀ ਵਟਾ ਲਈ ਖੋਤੀ ਕਿਨੂੰ ਨਵੀਂ ਸਭਿਅਤਾ ਦੁੱਧ ਪੀਨੋ ਰਹਿ ਗਏ ਹਾਂ ਲਿੱਧ ਝੋਲੀ ਪਾ ਲਈ ਕਹਿੰਦਾ ਅਸੀਂ ਤਾਂ ਜਿਹੜੇ ਫਾਸਟ ਫੂਡ ਹੈ ਨਾ ਜਿਹੜੇ ਪਦਾਰਥ ਛਟਪਟੇ ਐ ਉਹ ਪਾ ਕੇ ਉਹਨੂੰ ਲਿੱਧ ਕਿਹਾ ਜਿਵੇਂ ਘੋੜੇ ਦੀ ਲਿੱਧ ਹੁੰਦੀ ਐ ਤੇ ਦੁੱਧ ਮੀਨਸ ਖੁਸ਼ਹਾਲੀ ਜਿਹੜਾ ਘਰ ਦਾ ਸਾਦਾ ਭੋਜਨ ਠੀਕ ਹੈ ਘਰ ਦੀਆਂ ਬਰਕਤਾਂ ਘਰ ਦੀ ਖੁਸ਼ਹਾਲੀ ਅਸੀਂ ਕਰਕੇ ਅਸੀਂ ਦੁੱਖ ਤਕਲੀਫਾਂ ਸਹਿੜ ਲਈਆਂ ਨੇ ਕੀ ਲਈ ਤਜ਼ੀਬ ਨਵੀਂ ਗੱਲ ਜ਼ਹਿਮਤ ਪਾਲੇ ਹੁਣ ਜ਼ਹਿਮਤ ਦਾ ਮੀਨਿੰਗ ਦੱਸੋ ਜ਼ਹਿਮਤ ਬਟੇ ਜ਼ਹਿਮਤ ਬਿਮਾਰੀਆਂ ਦੁੱਖ ਸਹਿੜ ਲੈ ਕਹਿੰਦੇ ਕੀ ਨਵੀਂ ਸਭਿਆਤਾ ਵਾਲ ਅਸੀਂ ਤੁਰੇ ਆਪਣੇ ਲਈ ਕੀ ਸਹਿੜ ਲਿਆ ਦੁੱਖ ਤਕਲੀਫਾਂ ਬਿਮਾਰੀਆਂ ਜ਼ਹਿਮਤ ਦਾ ਮਤਲਬ ਕੀ ਹੈ ਬੱਚੇ ਬਿਮਾਰੀਆਂ ਸਹਿੜ ਲਈਆਂ ਆਸੀ ਠੀਕ ਹੈ ਬਟੇ ਦੁੱਖ ਤਕਲੀਫਾਂ ਸਹਿੜ ਲਈਆਂ ਦੁੱਖ ਦਰਦ ਸਹਿੜਲੇ ਕਿਸ ਕਾਰਨ ਸਹਿੜੇ ਜ਼ਹਿਮਤ ਕਿਹੜੀ ਗੱਲ ਪਾ ਲਈ ਨਵੀਂ ਸਭਿਅਤਾ ਦੀ ਠੀਕ ਹੈ ਨੈਕਸਟ ਵਨ ਇਜ਼ ਜੋ ਇਹ ਵੀ ਕਹਿ ਦਈਏ ਮਾਸਾ ਨਹੀਂ ਝੂਠ ਕੋਈ ਕਹਿੰਦਾ ਜਿਹੜੀ ਮੈਂ ਗੱਲ ਸਮਝਾ ਰਿਆ ਨਾ ਜਿਹੜਾ ਕਵੀ ਕਹਿ ਰਿਹਾ ਵਿਦਾਤਾ ਸਿੰਘ ਧੀਰ ਕਹਿੰਦੇ ਬਿਲਕੁਲ ਸਚਾਈ ਹੈ ਇਹ ਅਜੋਕੀ ਜਿਹੜੀ ਸਾਡੀ ਜਨਰੇਸ਼ਨ ਹੈ ਜੋ ਕੀ ਪੀੜ੍ਹੀ ਹੈ ਉਹਦੇ ਤੇ ਕਿਹਦਾ ਪ੍ਰਭਾਵ ਪੈ ਗਿਆ ਪੱਛਮੀ ਸਭਿਅਤਾ ਦਾ ਜਿਹੜਾ ਪ੍ਰਭਾਵ ਪਿਆ ਕਿ ਲਿਆਕਤ ਖਤਮ ਹੋ ਗਈ ਆਪਣੀ ਸਭਿਅਤਾ ਨਾਲ ਟੁੱਟ ਗਿਆ ਹਰ ਕੋਈ ਰਿਸ਼ੀਆਂ ਦੇ ਚੌਂਕੇ ਵਿੱਚ ਪੱਛਮ ਦੀ ਝੂਠ ਕੋਈ ਆਈ ਅਗਲੈਂਡ ਆ ਕੇ ਘਰ ਬੈਠ ਗਈ ਇਹਦਾ ਕੀ ਭਾਵ ਹੈ ਅਗਲੈਂਡ ਆਈ ਤੇ ਘਰ ਬੈਠ ਕੇ ਜਦੋਂ ਕੋਈ ਜਦੋਂ ਕੋਈ ਇਨਸਾਨ ਆਏ ਜਦੋਂ ਕੋਈ ਵਿਅਕਤੀ ਆਏ ਅੰਗਰੇਜ਼ਾਂ ਦੇ ਵੱਲ ਆ ਅੰਗਰੇਜ਼ ਆਏ ਆਪਣਾ ਮਤਲਬ ਪਰ ਉਹ ਤਾਂ مالک ਹੀ ਬਣ ਕੇ ਬੈਠ ਗਏ ਰਿਸ਼ੀਆਂ ਦੇ ਚੌਂਕੇ ਵਿੱਚ ਇੱਕ ਸਮਾਂ ਸੀ ਇੱਕ ਸਮਾਂ ਸੀ ਤੁਸੀਂ ਹਿਸਟਰੀ ਵਿੱਚ ਹਿਸਟਰੀ ਵਿੱਚ ਚੰਗੀ ਤਰ੍ਹਾਂ ਪੜਿਆ ਕਿ ਵਪਾਰ ਕਰਨ ਦੇ ਮਕਸਦ ਨਾਲ ਆਏ ਸੀ ਤੇ ਗੁਲਾਮ ਬਣਾ ਲਿਆ ਤੇ ਸ 100 ਸਾਲ ਸਾਡਾ ਦੇਸ਼ ਗੁਲਾਮ ਰਿਹਾ ਰਿਸ਼ੀਆਂ ਦੇ ਚੌਂਕੇ ਵਿੱਚ ਇਹਦਾ ਕੀ ਭਾਵ ਹੈ ਇੱਕ ਸਮਾਂ ਸੀ ਪੁਰਾਣੀ ਸਭਿਅਤਾ ਜਦੋਂ ਸੀ ਪੁਰਾਣਾ ਸਭਿਅਤਾ ਚਤ ਚੌਂਕਿਆਂ ਦੇ ਵਿੱਚ ਪਵਿੱਤਰਤਾ ਸੀ ਸੂਚਮ ਸੀ ਪਰ ਪੱਛਮੀ ਸਭਿਅਤਾ ਦੇ ਆਉਣ ਨਾਲ ਕੀ ਆ ਗਈ ਬਟੇ ਝੂਠ ਆ ਗਈ ਪੱਛਮ ਦੀ ਝੂਠ ਪੱਛਮ ਨੂੰ ਕੀ ਕਿਹਾ ਝੂਠ ਭਾਰਤ ਦਾ ਸੌਪਨਾ ਸਭ ਰਿੰਨ ਕੇ ਖਾ ਗਈ ਕੌਣ ਰਿੰਨ ਕੇ ਖਾ ਗਈ ਭਾਰਤ ਦਾ ਸੌਪਨਾ ਸੌਪਨਾ ਮੀਨ ਸੌਪਨਾ ਮੀਨ ਸ਼ਰਾਫਤ ਕੌਣ ਰਿੰਨ ਕੇ ਖਾ ਗਈ ਪੱਛਮੀ ਸਭਿਅਤਾ ਪੱਛਮੀ ਸਭਤਾ ਕਿਦੇ ਕਾਰਨ ਆਈਏ ਅੰਗਰੇਜ਼ ਅੱਧਰ ਲੈ ਕੇ ਆਏ ਅੰਗਰੇਜ਼ ਅੱਧਰ ਆਏ ਤੇ ਘਰ ਵਾਲੇ ਹੀ ਬਣ ਕੇ ਬੈਠ ਗਏ ਘਰ ਵਾਲੇ ਬਣ ਕੇ ਬੈਠ ਗਏ ਕਿਸ ਮਕਸਦ ਨਾਲ ਆਏ ਤੇ ਕੀ ਮਕਸਦ ਉਹਨਾਂ ਨੇ ਆਪਣਾ ਪੂਰਾ ਕਰ ਲਿਆ ਕਿ ਸਾਡੇ ਦੇਸ਼ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਨੈਕਸਟ ਜੋ ਅੱਜ ਤਿਕ ਨਹੀਂ ਆਖੀ ਉਹ ਆਖੀ ਜਾਣੀ ਹੈ ਉਹ ਦੁੱਧ ਦੀ ਬਰਕਤ ਇਹ ਫੁੱਟ ਦਾ ਪਾਣੀ ਹੈ ਕਹਿੰਦੇ ਇਹ ਗੱਲ ਬਿਲਕੁਲ ਸਚਾਈ ਹੈ ਕਿ ਜਿਹੜੀ ਪੁਰਾਣੀ ਸਭਿਅਤਾ ਸੀ ਉਹ ਖੁਸ਼ਹਾਲੀ ਵਾਲੀ ਸੀ ਦੁੱਧ ਦੀ ਬਰਕਤ ਕਿਹਾ ਉਹਨੂੰ ਉਹਨੂੰ ਦੁੱਧ ਦੀ ਬਰਕਤ ਨਾਲ ਤੁਲਨਾਇਆ ਤੇ ਜਿਹੜੀ ਨਵੀਂ ਸਭਿਅਤਾ ਨੂੰ ਫੁੱਟ ਦਾ ਪਾਣੀ ਵਰ ਦੇਖੋ ਧਿਆਨ ਨਾਲ ਫੁੱਟ ਦਾ ਪਾਣੀ ਹੈ ਫੁੱਟ ਦਾ ਮਤਲਬ ਹੁੰਦਾ ਜਿਹੜਾ ਫੁੱਟ ਗਿਆ ਦੁੱਧ ਕਾਂਜੀ ਘੋਲਤੀ ਨਫ਼ਰਤ ਪੈਦਾ ਕਰ ਦਿੱਤੀ ਨਫ਼ਰਤ ਜਦੋਂ ਖਟਾਸ ਵਾਲਾ ਪਦਾਰਥ ਪਾਦਨੇ ਦੁੱਧ ਫਟ ਜਾਂਦਾ ਠੀਕ ਹੈ ਕਹਿੰਦੇ ਭਾਵ ਕੀ ਹੈ ਸਾਡੀ ਸਭਿਅਤਾ ਇੱਕ ਮੁਠ ਸੀ ਇੱਕ ਮੁਠ ਰਲ ਮਿਲ ਕੇ ਰਹਿਣ ਦੇ ਲਈ ਪ੍ਰੇਰਦੇ ਸੀ ਪਰ ਨਵੀਂ ਸਭਿਅਤਾ ਕੀ ਹੈ ਫੁੱਟ ਦਾ ਪਾਣੀ ਹੈ ਭਾਵ ਅਸੀਂ ਭਾਵ ਅਸੀਂ ਦੱਸੋ ਅਸੀਂ ਵੰਡੇ ਗਏ ਜਾਤ ਪਾਤ ਕਰਕੇ ਭੇਦ ਭਾਵ ਕਰਕੇ ਠੀਕ ਹੈ ਧਰਮ ਦੇ ਨਾਂ ਤੇ ਵੰਡੀਆਂ ਪਾਈਆਂ ਗਈਆਂ ਪੁਰਾਣੀ ਸਭਿਅਤਾ ਕੀ ਸੀ ਅਸੀਂ ਇੱਕ ਮੁਠ ਸਨ ਇੱਕ ਜਾਨ ਦੁੱਖ ਸੁੱਖ ਦੇ ਸਾਥੀ ਆਪ ਦੁੱਧ ਦੀ ਬਰਕਤ ਖੁਸ਼ਹਾਲੀ ਪਰ ਹੁਣ ਫੁੱਟਦਾ ਪਾਣੀ ਮੀਨਸ ਨਫਰਤ ਆਪਸੀ ਵੰਡ ਆਪਸੀ ਵਿਤਕਰੇ ਪੈਦਾ ਹੋ ਗਏ ਨੈਕਸ ਉਹ ਜੀਵਨ ਦਿੰਦੀ ਸੀ ਇਹ ਜੀਵਨ ਲੈਂਦੀ ਹੈ ਉਹ ਖਾਣ ਨੂੰ ਦਿੰਦੀ ਸੀ ਖਾਣ ਨੂੰ ਪੈਂਦੀ ਹੈ ਕਹਿੰਦੇ ਜਿਹੜੀ ਪੁਰਾਣੀ ਸਭਿਅਤਾ ਸੀ ਉਹ ਤਾਂ ਜੀਵਨ ਦਾਣ ਦੇਣ ਵਾਲੀ ਸੀ ਕੀ ਮੀਨਸ ਅਸੀਂ ਜੀਵਨ ਦਾ ਆਨੰਦ ਮਾਣਦੇ ਸੀ ਪਰ ਜਿਹੜੀ ਪੱਛਮੀ ਸਭਿਅਤਾ ਇਹ ਤਾਂ ਸਾਨੂੰ ਬਿਮਾਰੀਆਂ ਦੇ ਲੇਖੇ ਲਾ ਕੇ ਮਾਨਸਿਕ ਤਣਾਅ ਦਾ ਸ਼ਿਕਾਰ ਕਰਕੇ ਸਾਡਾ ਜੀਵਨ ਖੋ ਲੈਣ ਵਾਲੀ ਹੈ ਅਸੀਂ ਜ਼ਿੰਦਗੀ ਥੋੜੀ ਜੀ ਰਹੇ ਹਾਂ ਤੁਸੀਂ ਦੇਖ ਲਓ ਆਪਣਾ ਆਲਾਦ ਵਾਲਾ ਹੀ ਝਾਤੀ ਮਾਰੋ ਕਿ ਪੱਛਮੀ ਸਭਿਅਤਾ ਇੰਨੀ ਹਾਵੀ ਹੋ ਗਈ ਇੰਨੀ ਹਾਵੀ ਹੋ ਗਈ ਕਿ ਜਿਉਣਾ ਔਖਾ ਹੋ ਗਿਆ ਸਾਹ ਲੈਣਾ ਔਖਾ ਹੋ ਗਿਆ ਉਹ ਸਭਿਅਤਾ ਸਾਨੂੰ ਖਾਂ ਨੂੰ ਦਿੰਦੀ ਸੀ ਸਾਨੂੰ ਖਾਂ ਨੂੰ ਹਰ ਚੀਜ਼ ਸਾਦਾ ਭੋਜਨ ਸਾਡੀ ਹਰ ਜਿਹੜੀ ਅੰਦਰਲੀ ਤਮੰਨਾ ਪੂਰੀ ਕਰਦੀ ਸੀ ਪਰ ਸਾਡੀ ਜਿਹੜੀ ਅੱਜ ਦੀ ਸਭਿਤਾ ਸਾਨੂੰ ਖਾਣ ਨੂੰ ਪੈਂਦੀ ਟੁੱਟ ਕੇ ਪੈਂਦੀ ਮੀਨਸ ਉਦੋਂ ਸਾਨੂੰ ਪਿਆਰ ਮਿਲਦਾ ਸੀ ਪਿਆਰ ਹੁਣ ਕੀ ਹੈ ਔਰ ਕੋਈ ਗੁੱਸੇ ਵਿੱਚ ਹੈ ਔਰ ਕੋਈ ਕਿਸੇ ਦੀ ਕੋਈ ਗੱਲ ਬਰਦਾਸ਼ਤ ਹੀ ਨਹੀਂ ਕਰਦਾ ਟੁੱਟ ਟੁੱਟ ਕੇ ਪੈਂਦਾ ਹਰ ਕੋਈ ਖਾਣ ਨੂੰ ਪੈਂਦਾ ਉਹ ਬਾਹ ਉਹ ਬਾਹ ਬਣਾਉਂਦੀ ਸੀ ਇਹ ਬਾਹਾਂ ਪਾਉਂਦੀ ਆ ਇੱਕ ਸਮਾਂ ਸੀ ਪੁਰਾਣਾ ਸਮਾਂ ਕੀ ਸੀ ਹਰ ਕੋਈ ਇੱਕ ਦੂਜੇ ਦਾ ਕੀ ਦਿੰਦਾ ਸੀ ਸਾਥ ਦਿੰਦਾ ਸੀ ਹਰ ਕੋਈ ਇੱਕ ਦੂਜੇ ਨਾਲ ਮਿੱਠਾ ਬੋਲਦਾ ਸੀ ਭਾਵੇਂ ਪੁਰਾਣੇ ਖਿਆਲ ਸਨ ਪਰ ਪੁਰਾਣੇ ਖਿਆਲ ਭਰਾਵਾਂ ਵਿੱਚ ਆਪਣੇ ਰਿਸ਼ਤਿਆਂ ਦੇ ਵਿੱਚ ਪਿਆਰ ਪੈਦਾ ਕਰਨ ਵਾਲੇ ਸਨ ਬਾਹਾਂ ਬਣਾਉਣ ਵਾਲੇ ਮੀਨਸ ਇੱਕ ਦੂਜੇ ਦਾ ਸਾਥ ਦੇਣ ਵਾਲੇ ਸਨ ਪਰ ਜਿਹੜੀ ਪੱਛਮੀ ਸਭਿਅਤਾ ਹੈ ਇਹ ਭਰਾਵਾਂ ਵਿੱਚ ਬਾਹਾਂ ਪਨਾਂਦੀ ਹੈ ਬਾਹਾਂ ਮੀਨਸ ਆਪਾਂ ਕਹਿੰਦੇ ਇੱਕ ਭਰਾ ਦੂਜੇ ਭਰਾ ਦੀ ਕੀ ਹੁੰਦਾ ਦੁੱਖ ਸੁੱਖ ਵੇਲੇ ਆਪਾਂ ਸੱਸਾਂ ਭਾਂਚ ਮੁਹਾਵਰਾ ਕੀਤਾ ਸੱਜੀ ਬਾਹ ਬੰਦੇ ਨੇ ਪੱਕਾ ਸਾਥੀ ਪਰ ਜਿਹੜੀ ਪੱਛਮੀ ਸਭਿਤਾ ਹੈ ਉਹ ਕੀ ਹੈ ਬਾਹ ਪਨਾਉਂਦੀ ਹੈ ਭਰਾਵਾਂ ਨੂੰ ਆਪਸ ਵਿੱਚ ਲੜਾਉਂਦੀ ਠੀਕ ਹੈ ਕਲੀਅਰ ਹੈ ਨੈਕਸ ਉਹ ਭੋਲੀ ਪਾਲੀ ਸੀ ਚੰਚਲ ਮੰਦੀ ਹੈ ਚੰਚਲ ਮੀਨਸ ਚਲਾਕ ਸ਼ਰਾਰਤੀ ਸ਼ਰਾਰਤੀ ਮਨ ਹੈ ਉਹ ਵੀਰ ਮਨਾਉਂਦੀ ਸੀ ਇਹ ਵੀਰ ਲੜਾਉਂਦੀ ਹੈ ਸੇਮ ਉਹ ਭਰਾਵਾਂ ਨੂੰ ਪਿਆਰ ਨਾਲ ਰਹਿਣ ਦਾ ਸੰਦੇਸ਼ ਦਿੰਦੀ ਸੀ ਇਹ ਭਰਾਵਾਂ ਨੂੰ ਲੜਾਉਣ ਦਾ ਸਬਕ ਸਿਖਾਉਂਦੀ ਹੈ ਉਹ ਛਾਵੇਂ ਸੁੱਟਦੀ ਸੀ ਇਹ ਸੁੱਕਨੇ ਪਾਉਂਦੀ ਹੈ ਉਸ ਵਿੱਚ ਇੱਕ ਕਰਦਾ ਸੀ ਸਾਰਾ ਟੱਬਰ ਖਾਂਦਾ ਸੀ ਇੱਕ ਦੀ ਕਮਾਈ ਵਿੱਚ ਬਰਕਤ ਸੀ ਤੁਸੀਂ ਪਿਛਲੇ ਜ਼ਮਾਨੇ ਚ ਚਲੇ ਜਾਓ ਕਿ ਆਪਣੇ ਵੱਡੇ ਵਡੇਰਿਆਂ ਤੋਂ ਪੁੱਛੋ ਨਾ ਉਹਨਾਂ ਨਾਲ ਬੈਠੋ ਦਾਦਾ ਜੀ ਨਾਲ ਆਪਣੇ ਦਾਦੀ ਜੀ ਨਾਲ ਬੈਠੋ ਦੱਸਣਗੇ ਕਿ ਸਾਡਾ ਜੀਵਨ ਕਿੰਨਾ ਸ਼ਰਾਫਤ ਵਾਲਾ ਸਾਦਾ ਸੀ ਕੋਈ ਫੂਫਾ ਨਹੀਂ ਸੀ ਕੋਈ ਲਗਜ਼ਰੀ ਨਹੀਂ ਸੀ ਇੱਕ ਪੂਰੇ ਇੱਕ ਵੇੜੇ ਦੇ ਵਿੱਚ ਸਾਰੇ ਰਲ ਕੇ ਇਕੱਠੇ ਬੈਠਦੇ ਸਨ ਹੱਸਦੇ ਖੇਡਦੇ ਨੱਚਦੇ ਟੱਪਦੇ ਇੱਕ ਰਸੋਈ ਵਿੱਚ ਇਕੱਠੇ ਖਾਣਾ ਬੰਦਾ ਤੇ ਇੱਕ ਜੀ ਘਰ ਦਾ ਕਮਾਉਂਦਾ ਸੀ ਤੇ ਸਾਰੇ ਖਾਂਦੇ ਸੀ ਪਰ ਫਿਰ ਵੀ ਪਰਮਾਤਮਾ ਦਾ ਸ਼ੁਕਰ ਸੀ ਅੱਜ ਜਿੰਨੀਆਂ ਇੱਛਾਵਾਂ ਵੱਧੀਆਂ ਜਾਂਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੁੰਦੀ ਇਨਸਾਨ ਦੁਖੀ ਹੁੰਦਾ ਤੁਸੀਂ ਉਹ ਲੇਖ ਵੀ ਪੜ੍ਹਿਆ ਮਨ ਜਿੱਤੇ ਜਿੱਤੇ ਮਨ ਕਾਬੂཅ ਹੀ ਨਹੀਂ ਹੈ ਇੱਕ ਫਿਰ ਹੰਕਾਰ ਆ ਜਾਂਦਾ ਜਦੋਂ ਇੱਛਾਵਾਂ ਦੀ ਪੂrti ਨਹੀਂ ਦੀ ਗੁੱਸਾ ਆਉਂਦਾ ਫਿਰ ਆਪਣੇ ਆਪ ਵਿੱਚ ਹੰਕਾਰ ਵੀ ਆ ਜਾਂਦਾ ਤੇ ਹੰਕਾਰ ਸਭ ਤੋਂ ਵੱਡਾ ਰੋਗ ਹੈ ਨਾਨਾ ਦੁੱਖਿਆ ਸੰਸਾਰ ਸਭ ਸੰਸਾਰ ਚੱਪਾ ਕੀਤਾ ਸਭ ਤੋਂ ਵੱਡਾ ਰੋਗ ਹੰਕਾਰ ਹੈ ਕਿ ਕਹਿੰਦੇ ਵੀ ਹੈ ਹੰਕਾਰਿਆ ਸੋ ਮਾਰਿਆ ਉਸ ਸਮੇਂ ਆਜ਼ਾਦੀ ਦੇ ਹਿੰਦ ਢੋਲੇ ਗਾਉਂਦਾ ਸੀ ਕਹਿੰਦੇ ਉਹ ਇੱਕ ਸਮਾਂ ਸੀ ਪੁਰਾਣਾ ਸਮਾਂ ਸੀ ਜਦੋਂ ਸਾਰਾ ਹਿੰਦੁਸਤਾਨ ਆਜ਼ਾਦੀ ਦੇ ਖੁੱਲ ਡੁੱਲ ਦੇ ਕਿਉਂਕਿ ਤੁਸੀਂ ਅਜੇ ਵੀ ਪਿੰਡਾਂ ਵਿੱਚ ਚਲੇ ਜਾਓ ਨਾ ਤਾਂ ਸਾਨੂੰ ਲੱਗਦਾ ਕਿ ਇਹ ਤਾਂ ਖੁੱਲਾ ਡੁੱਲਾ ਮੌਸਮ ਆ ਇੱਥੇ ਤਾਂ ਹਰ ਕੋਈ ਬੜਾ ਖੁੱਲੇ ਸੁਭਾਅ ਵਾਲਾ ਤੇ ਪੰਜਾਬੀ ਮਹਿਮਾਨ ਨਿਵਾਜ਼ੀ ਕਰਨ ਦੀ ਸਭ ਤੋਂ ਅੱਗੇ ਨੇ ਮੀਨਜ਼ ਕਿਤੇ ਨਾ ਕਿਤੇ ਉਹਨਾਂ ਤੇ ਆਪਣੀ ਪੁਰਾਣੀ ਸਭਿਅਤਾ ਦਾ ਅਸਰ ਹੈ ਪਰ ਜੇ ਆਪਾਂ ਸ਼ਹਿਰੀ ਵਾਤਾਵਰਣ ਚਲੇ ਜਾਈਏ ਜ਼ਿਆਦਾ ਜੋ ਕਿ ਪੀੜ੍ਹੀ ਨੂੰ ਦੇਖ ਲਈਏ ਤਾਂ ਉਹਦੇ ਤੇ ਪੱਛਮੀ ਸਭਿਅਤਾ ਦਾ ਪ੍ਰਭਾਵ ਹੈ ਕਿ ਹਰ ਕੋਈ ਆਪਣੇ ਆਪ ਚ ਮਸਤ ਹੈ ਕਿਸੇ ਨੂੰ ਕਿਸੇ ਦੀਆਂ ਫੀਲਿੰਗਸ ਆ ਪਰਵਾਹ ਹੀ ਨਹੀਂ ਹੈ ਕਦਰ ਹੀ ਨਹੀਂ ਹੈ ਅੱਜਕੱਲ ਦੇ ਜਿਹੜੇ ਪੇਰੈਂਟਸ ਨੇ ਉਹ ਆਪਣੇ ਕੰਮਾਂ ਵਿੱਚ ਆਪਣੇ ਕੰਮਾਂ 'ਚ ਰੁੱਝੇ ਹੋਏ ਨੇ ਬੱਚੇ ਆਪਣੀ ਨਿਊ ਟੈਕਨੋਲੋਜੀ ਦੇ ਨਾਲ ਐਨੇ ਕੋ ਬਿਜ਼ੀ ਹੋ ਗਏ ਪਰਵਾਹ ਹੀ ਨਹੀਂ ਕਰਦੇ ਬੱਚੇ ਵੀ ਪੇਰੈਂਟਸ ਹੀ ਪਰਵਾਹ ਨਹੀਂ ਕਰਦੇ ਪੇਰੈਂਟਸ ਵੀ ਬੱਚਿਆਂ ਵੱਲ ਕੋਈ ਵੱਤਾ ਧਿਆਨ ਨਹੀਂ ਦਿੰਦੇ ਠੀਕ ਹੈ ਉਹਨਾਂ ਨੂੰ ਸਮੇਂ ਦੀ ਲੋੜ ਅਨਸਾਰ ਮੋਬਾਈਲ ਫੜਾਤੇ ਲੈਪਟਾਪ ਫੜਾਤੇ ਜੋ ਹੋਰ ਚੀਜ਼ ਦੀ ਉਹਨਾਂ ਦੀ ਰਿਕੁਆਇਰਮੈਂਟ ਉਹ ਪੂਰੀ ਕਰ ਦਿੱਤੀ ਆਪਣੇ ਆਪ 'ਚ ਮਸ ਇਸ ਕਰਕੇ ਰਿਸ਼ਤਿਆਂ ਦੇ ਵਿੱਚ ਉਹ ਨਿਗ ਨਹੀਂ ਹੈ ਉਹ ਪਿਆਰ ਨਹੀਂ ਹੈ ਸਿਰਫ ਕਾਦੇ ਕਾਰਨ ਪੱਛਮੀ ਸਭਿਅਤਾ ਦੇ ਕਾਰਨ ਨੈਕਸ ਲਾਸਟ ਪੈਰਾ ਇਸ ਵਿੱਚ ਮਰਮਰ ਕੇ ਵੀ ਸਭ ਭੁੱਖੇ ਮਰਦੇ ਨੇ ਹੋ ਕੇ ਦਿਨ ਰਾਤ ਭਰਨ ਪਰ ਪੇਟ ਨਾ ਭਰਦੇ ਨੇ ਕਹਿੰਦਾ ਅੱਜ ਦੀ ਸਮਿਆਂ ਵਿੱਚ ਨਵੀਂ ਸਭਿਅਤਾ ਦੇ ਔਨ ਨਾਲ ਇਨਸਾਨ ਇੰਨੀ ਮਿਹਨਤ ਕਰ ਰਿਹਾ ਕਰੜੀ ਮਿਹਨਤ ਕਰ ਰਿਹਾ ਪਰ ਫਿਰ ਵੀ ਉਹ ਤੱਕੇ ਖੰਦਾ ਫਿਰਦਾ ਤੁਸੀਂ ਆਪ ਹੀ ਦਿੱਤੇ ਹੋ ਰਜਗਾਰ ਉਹਦੀ ਲੋੜ ਅਨੁਸਾਰ ਉਹਦੀ ਯੋਗਤਾ ਅਨੁਸਾਰ ਮਿਲ ਹੀ ਨਹੀਂ ਰਿਹਾ ਨੌਜਵਾਨ ਸਾਡੇ ਇਨੀ-ਇਨੀ ਡਿਗਰੀਆਂ ਪ੍ਰਾਪਤ ਕਰਕੇ ਤੱਕੇ ਖਾਂਦੇ ਫਿਰਦੇ ਆ ਫਿਰ ਕਾਦੇ ਕਾਰਨ ਦਿਆ ਤੁਹਾਨੂੰ ਪਤਾ ਹੀ ਹੈ ਮਾਨਸਿਕ ਤਨਮ ਡਿਪਰੈਸ਼ਨ ਸਿਰਫ ਕਾਦੇ ਕਾਰਨ ਇਹ ਕਾਦੇ ਕਾਰਨ ਨਵੀਂ ਸਭਿਅਤਾ ਦਾ ਆਗਮਨ ਨਵੀਂ ਸਭਿਅਤਾ ਦੇ ਆਉਣ ਨਾਲ ਭਾਵੇਂ ਸਾਰੇ ਕੜੀ ਮਿਹਨਤ ਕਰਦੇ ਨੇ ਸਾਰੇ ਕੰਮ ਕਾਜਾਂ ਚ ਰੁੱਝੇ ਹੋਏ ਨੇ ਭਾ ਪਰਿਵਾਰ ਦੇ ਸਾਰੇ ਜੀ ਸਾਰਾ ਦਿਨ ਕੰਮ ਕਾਜ ਕਰਦੇ ਨੇ ਪਰ ਫਿਰ ਵੀ ਫਿਰ ਵੀ ਤ੍ਰਿਸ਼ਨਾ ਪੂਰੀ ਨਹੀਂ ਹੁੰਦੀ ਮਨ ਸ਼ਾਂਤ ਨਹੀਂ ਹੈ ਉਹ ਕਮਿਟਦੀ ਨਹੀਂ ਹੈ ਕਿਉਂਕਿ ਇੱਛਾਵਾਂ ਵੱਧਦੀਆਂ ਹੀ ਜਾਂਦੀਆਂ ਨੇ ਫਿਰ ਵੀ ਪਰਿਵਾਰਾਂ ਵਿੱਚ ਕੀ ਹੈ ਲੜਾਈ ਝਗੜੇ ਹੱਕੇ ਦਿਨ ਰਾਤ ਪਰ ਪੇਟ ਨਾ ਪਰਦਨੇ ਹੱਕੇ ਹੀ ਨੇ ਫਿਰ ਵੀ ਦੁੱਖ ਤਕਲੀਫਾਂ ਹੀ ਨੇ ਰੱਜ ਕੇ ਰੋਟੀ ਵੀ ਨਹੀਂ ਖਾਂਦੇ ਇੰਨੀਆਂ ਚਿੰਤਾਵਾਂ ਨੇ ਰੋਟੀ ਵੀ ਖਾਣੀ ਕਾਲੀ ਕਾਲੀ ਉਹਦੇ ਫਿਰ ਹਾਜ਼ਮਾ ਕੀ ਰਹਿਣਾ ਅੱਜ ਦੇ ਇਨਸਾਨ ਨੂੰ ਰੋਟੀ ਖਾਂਦਾ ਵੀ ਵਕਤ ਨਾ ਫਿਰ ਵੀ ਸੰਤੁਸ਼ਟੀ ਨਹੀਂ ਹੈ ਕਿਰਤੀ ਦੀ ਛਾਤੀ ਤੇ ਮੂਂਗ ਪਈ ਦਲਦੀ ਐ ਕੀ ਗੱਲ ਐ ਕਿ ਇਹ ਕਿਰਤੀ ਦੀ ਛਾਤੀ ਤੇ ਜਿਹੜੀ ਨਵੀਂ ਸੱਭਿਆਤਾ ਰਹਿਣਾ ਇਹ ਕਿਰਤੀ ਨੂੰ ਤੰਗ ਕਰ ਰਹੀ ਐ ਜਿਹੜਾ ਮਿਹਨਤੀ ਕਰਨ ਵਾਲਾ ਮਜ਼ਦੂਰ ਐ ਉਹਨੂੰ ਹੀ ਤੰਗ ਕਰਦੀ ਉਹਦਾ ਹੀ ਅਜੇ ਖੂਨ ਚੂਸ ਰਹੀ ਐ ਰਤ ਪੀ ਪੀ ਲਿਸਿਆਂ ਦੀ ਇਸ ਦੀ ਗੁੱਗੜ ਪਲਦੀ ਐ ਇਹ ਕਿਹਦੇ ਵਾਲਾ ਇਸ਼ਾਰਾ ਰਤ ਪੀ ਪੀ ਲਿਸਿਆਂ ਦੀ ਲਿਸੇ ਮੀਨਸ ਕਮਜ਼ੋਰ ਤੇ ਗੋਗੜ ਕਿੰਨਾ ਦੀ ਪਲ ਰਹੀ ਐ ਸੇਠ ਜ਼ਗੀਰਦਾਰ ਪੂੰਜੀਪਤੀ ਗੱਧੀਆਂ ਦੇ ਮਾਲਕ ਤਖਤਿਆਂ ਦੇ ਮਾਲਕ ਇਹ ਜਿਹੜੇ ਤਖਤਿਆਂ ਦੇ ਮਾਲਕ ਬਣੇ ਬੈਠਨੇ ਆਪਾਂ ਸ਼ੁਰੂ ਤੋਂ ਕਦਿਆਂ ਨੇ ਕਿ ਸਰਮਾਇદાર ਨਿਜ਼ਾਮ ਐ ਨਾ ਜਿਹੜਾ ਤੁਸੀਂ ਹਿਸਟਰੀ 'ਚ ਵੀ ਪੜਦੇ ਹੋ ਸਰਮਾਇદાર ਨਿਜ਼ਾਮ ਜਿਹੜਾ ਸ਼ੁਰੂ ਤੋਂ ਹੀ ਗਰੀਬਾਂ ਦਾ ਖੂਨ ਚੂਸਦਾ ਆਇਆ ਤੇ ਆਪਣੇ ਘਰ ਭਰ ਰਿਹਾ ਕਾਲਾ ਬਾਜ਼ਾਰੀ ਕਰ ਰਿਹਾ ਜਮਾ ਖੋਰੀ ਬਿਜਲੀ ਦੇ ਲਾਟੂ ਜੋ ਇਸੇ ਘਰ ਜਗਦੇ ਨੇ ਜਿਹੜੇ ਤੁਸੀਂ ਸਰਮਾਇદાર ਜਿਹੜੇ ਜ਼ਗੀਰਦਾਰ ਲੋਕ ਨੇ ਪੂੰਜੀਪਤੀ ਲੋਕ ਨੇ ਜਿਹੜੇ ਇਹਨਾਂ ਦੇ ਘਰ ਰੋਸ਼ਨੀ ਐ ਨਾ ਉਹ ਰੋਸ਼ਨਵੀ ਦੀ ਪਰਮਾਰਾ ਕਿਸ ਕਾਰਨ ਹੈ ਗਰੀਬਾਂ ਦਾ ਖੂਨ ਚੂਸ ਚੂਸ ਕੇ ਗਰੀਬਾਂ ਨੂੰ ਤੰਗ ਕਰ ਕਰਕੇ ਗਰੀਬਾਂ ਦੇ ਮਜ਼ਦੂਰਾਂ ਦੇ ਖੂਨ ਪਸੀਨੇ ਦੀ ਕਮਾਈ ਦੀ ਬਰਕਤ ਹੀ ਹੈ ਜੋ ਇਹਨਾਂ ਦੇ ਘਰਾਂ ਵਿੱਚ ਖੁਸ਼ਹਾਲੀ ਹੈ ਰੌਣਕ ਹੈ ਪਰ ਗਰੀਬ ਵਿਚਾਰੇ ਦੀ ਛਿੱਲ ਲਾ ਕੇ ਇਹ ਨਵੀਂ ਸਭਿਅਤਾ ਜਿਹੜੀ ਹੈ ਆਪਣੀ ਸੂਟ ਪਵਾਉਂਦੇ ਨੇ ਆਪਣੇ بڑے ਆਲੀਸ਼ਾਨ ਬੰਗਲਿਆਂ 'ਚ ਰਹਿੰਦੇ ਨੇ ਤੇ ਨਵੇਂ-ਨਵੇਂ ਸੂਟ ਪਾਉਂਦੇ ਨੇ ਇਹ ਉਹ ਨੈਣ ਗਰੀਬਾਂ ਦੇ ਕੱਢੇ ਹੋਏ ਲੱਗਦੇ ਨੇ ਖਲ ਲਾਲਾ ਲੋਕਾਂ ਦੀ ਇਹ ਸੂਟ ਸਵਾਂਦੇ ਨੇ ਇਹ ਖਲ ਕਿੰਨਾ ਦੀ ਲਾ ਰਹੇ ਨੇ ਖਲ ਮੀਨ ਚਮੜੀ ਉਧੇੜ ਰਹੇ ਨੇ ਕਿੰਨਾ ਦੀ ਗਰੀਬਾਂ ਦੀ ਚਮੜੀ ਉਧੇੜ ਉਧੇੜ ਕੇ ਇਹਨਾਂ ਨੇ ਆਪਣੇ ਆਪ ਨੂੰ ਐ ਸ਼ਿਸ਼ਿਰਤ ਵਿੱਚ ਪਾਇਆ ਹੋਇਆ ਅੱਗੇ ਪੀ ਪੀ ਤੀ ਪੀ ਮਜ਼ਦੂਰਾਂ ਨੂੰ ਇਹ ਪਾਊਡਰ ਲਾਉਂਦੇ ਨੇ ਕਿਨਾਂ ਉਹਨਾਂ ਦੀਆਂ ਹੱਡੀਆਂ ਪੀ ਪੀ ਕੇ ਉਹਨਾਂ ਦੀਆਂ ਹੱਡੀਆਂ ਦਾ ਚੱਕਣਾ ਚੂਰ ਕਰ ਕਰ ਕੇ ਮੀਨਸ ਮਜ਼ਦੂਰਾਂ ਦੀ ਕਮਾਈ ਦਾ ਹੱਕ ਮਾਰ-ਮਾਰ ਕੇ ਇਹ ਨਵੀਂ ਸਭਿਅਤਾ ਵਾਲੇ ਐਸ਼-ਇਸ਼ਰਤ ਵਾਲਾ ਜੀਵਨ ਬਤਾ ਰਹੇ ਨੇ ਪਾਊਡਰ ਲਾਉਂਦੇ ਮੀਨਸ ਫੋਕੀ ਫੂਫਾ ਫੋਕੀ ਫੂਫਾ ਆਲੀਸ਼ਾਨ ਬੰਗਲਿਆਂ ਪੈਲਸਾਂ ਦੇ ਵਿੱਚ ਵਿਆਹ ਕਰਦੇ ਨੇ ਭਾਵ ਆਪਣਾ ਮੂੰਹ ਮੱਥਾ ਸਵਾਰਦੇ ਨੇ ਮੂੰਹ ਮੱਥਾ ਸਵਾਰਦੇ ਨੇ ਕੌਣ ਲੋਕ ਕੌਣ ਲੋਕ ਜਿਹੜੇ ਸਰਮਾਇਦਾਰ ਲੋਕ ਨੇ ਪੈਸੇ ਵਾਲੇ ਲੋਕ ਅਮੀਰ ਲੋਕ ਆਕੇ ਇਸ ਚੰਦਰੀ ਨੇ ਹੋਣੀ ਵਰਤਾ ਦਿੱਤੀ ਕਿਸ ਚੰਦਰੀ ਨੇ ਇਸ ਨਵੀਂ ਸਭਿਅਤਾ ਨੇ ਹੋਣੀ ਵਰਤਾ ਦਿੱਤੀ ਮੀਨਸ ਬਹੁਤ ਕੁਝ ਮਾੜਾ ਵਰਤ ਰਿਆ ਕਿਸ ਕਾਰਨ ਇਸ ਨਵੀਂ ਸਭਿਅਤਾ ਦੇ ਕਾਰਨ ਕਿਹੜੀ ਨਵੀਂ ਸਭਿਅਤਾ ਬਟੇ ਪੱਛਮੀ ਸਭਿਅਤਾ ਲਾਲੀ ਸਭ ਭਾਰਤ ਦੀ ਢੰਗ ਨਾਲ ਓੜਾ ਦਿੱਤੀ ਇਹਨੇ ਤਾਂ ਭਾਰਤ ਦੀ ਜਿਹੜੀ ਖੁਸ਼ਹਾਲੀ ਸੀ ਪ੍ਰਾਣੀ ਸ਼ਾਨ ਪ੍ਰਾਣੀ ਬਰਕਤ ਬੜੇ ਹੀ ਚਲਾਕੀ ਦੇ ਨਾਲ ਬੜੀ ਹੀ ਸ਼ਰਾਰਤ ਦੇ ਨਾਲ ਖਤਮ ਕਰਕੇ ਤਬਾਹ ਕਰਕੇ ਰੱਖ ਦਿੱਤੇ ਇਹ ਸਾਡੀ ਕੀ ਹੈ ਨਵੀਂ ਸਭਿਅਤਾ ਤੇ ਪੁਰਾਣੀ ਸਭਿਅਤਾ ਦੇ ਬਾਰੇ ਲੇਖਕ ਨੇ ਦੱਸਿਆ ਸੌਰੀ ਕਵੀ ਨੇ ਦੱਸਿਆ ਇੱਕ ਲਾਸਟ ਪੈਰਾ ਹੋ ਰਿਹਾ ਪਿਛਲੇ ਵਰਿਆਮਾਂ ਦੇ ਹੁਣ ਨਾਵੇਂ ਹੀ ਰਹਿ ਗਏ ਵਰਿਆਮ ਕੌਣ ਹੁੰਦੇ ਆ ਬਟੇ ਵਰਿਆਮ ਸੂਰਬੀਰ ਜੋ ਦੇ ਆਪਾਂ ਗੁਰੂ ਗੋਬਿੰਦ ਸਿੰਘ ਜੀ ਲਈ ਵਰਿਆਮ ਸ਼ਬਦ ਵਰਤਿਆ ਹੋਇਆ ਹੈ ਨਾ ਵਰਿਆਮ ਸ਼ਬਦ ਵਰਤਿਆ ਗੁਰੂ ਗੋਬਿੰਦ ਸਿੰਘ ਵਾਹੋ ਔ ਗੁਰੂ ਗਵਿੰਦ ਸਿੰਘ ਬਰੀਆਮ ਕੇਲਾ ਬਰੀਆਮ ਕੇਲਾ ਇੱਕ ਸੂਰਬੀਰ ਯੋद्धा ਅੱਜ ਕੱਲ ਦੇ ਗੱਬਰੂ ਤਾਂ ਪਰਛਾਵੇ ਬਣ ਕੇ ਹੀ ਰਹਿ ਗਏ ਨੇ ਇੱਕ ਪਰਛਾਵਿਆਂ ਦੀ ਤਰ੍ਹਾਂ ਲੱਗਦੇ ਨੇ ਕਿਉਂ ਪਰਛਾਵਿਆਂ ਦੀ ਤਰ੍ਹਾਂ ਲੱਗਦੇ ਦੱਸ ਸਕਦੇ ਹੋ ਆਪਣੀ ਸਿਹਤ ਗਵਾ ਕੇ ਸਿਹਤ ਗਵਾ ਕੇ ਸਿਰਫ ਹੁਣ ਬਹਾਦਰਾਂ ਦੇ ਕੀ ਰਹਿ ਗਏ ਨੇ ਬਟੇ ਨਾ ਹੀ ਲੱਭਦੇ ਹਨ ਉਹ ਬਹਾਦਰ ਸਾਨੂੰ ਨਜ਼ਰ ਨਹੀਂ ਆਉਂਦੇ ਕਿਉਂਕਿ ਅੱਜ ਦੇ ਜਿਹੜੇ ਗੱਬਰੂ ਨੇ ਉਹ ਨਵੀਂ ਸਭਿਆਤਾ ਵਿੱਚ ਰੰਗੇ ਹੋਏ ਇੱਕ ਪਰਛਾਵਾ ਹੀ ਲੱਗਦੇ ਹਨ ਬਾਕੀ ਆਪਾਂ ਕੱਲ ਦੀ ਕਲਾਸ ਵਿੱਚ ਰਿਵਾਈਜ਼ ਕਰਾਂਗੇ ਬਟੇ ਥੈਂਕ ਯੂ